ਦੋਸਤੋ ਗੜੇ ਦੇ ਵਿੱਚ ਘਰ ਵਾਲੇ ਨੇ ਆਪਣਾ ਘਰ ਵਾਲਾ ਫੜਿਆ ਗੈਰ ਜਨਾਨੀ ਦੇ ਨਾਲ ਆਹ ਦੇਖੋ ਜੀ ਆਪਣੀ ਜਿਹੜਾ ਘਰ ਵਾਲਾ ਫੜਿਆ ਜਨਾਨੀ ਨੇ ਗੈਰ ਮਰਦ ਨਾਲ ਸਾਹ ਹੋ ਗਿਆ ਸ਼ਾਇਦ ਬਾਹਰ ਆ ਗਿਆ ਜੀ ਦੇਖੋ ਮੋਗੇ ਦੀਆਂ ਤਸਵੀਰਾਂ ਸਿੱਧੀਆਂ ਤਸਵੀਰਾਂ ਗੜੇ ਦੇ ਤੁਹਾਨੂੰ ਦਿਖਾ ਰਹੇ ਆ ਜੀ ਮੌਕੇ ਦੇ ਵਿੱਚ ਵਿਵਾਦ ਹੋ ਰਿਹਾ ਕਾਫੀ ਸਿੱਧੀਆਂ ਤਸਵੀਰਾਂ ਗੜੇ ਤੋਂ ਤੁਹਾਨੂੰ ਦਿਖਾ ਰਹੇ ਕਿੱਥੇ ਰਹਿਣ ਵਾਲੇ ਮੈਡਮ ਤੁਸੀਂ? ਮੈਂ ਗੜੇ ਦੀ ਰਹਿਣ ਵਾਲੀ ਆ। ਅੱਛਾ ਜੀ। ਇਹ ਵੀ ਗੜੇ ਦਾ ਰਹਿਣ ਵਾਲਾ ਹੈ ਤੇ ਇਹ ਲੜਕੀ ਕੌਣ ਹੈ ਜੀ ਜਿਹੜੀ ਲੜਕੀ ਆਈ? ਇਹ ਲੜਕੀ ਇਲੀਗਲ ਹੈ, ਇਹਨੇ ਰੱਖੀ ਹੋਈ ਹੈ। ਨਹੀਂ ਇਹ ਕਿੱਥੇ ਰਹਿਣ ਵਾਲੇ, ਕੰਮ ਕਰਦੇ ਇਕੱਠੇ ਨਾਲ ਕਿੱਦਾਂ? ਨਹੀਂ ਇਹਦੀ ਸਹੇਲੀ ਹੈ, ਮਸ਼ੂਕ ਇਹਦੀ ਬਣੀ ਹੋਈ। ਨਹੀਂ ਇਹ ਜੋਬ ਵਗੈਰਾ ਕਰਦੇ ਆਪਸ ਵਿੱਚ ਕਿੱਦਾਂ? ਜੋਬ ਜੂਬ ਨਹੀਂ ਕਰਦੀ, ਮੈਨੂੰ ਵੀ ਪਤਾ ਨਹੀਂ ਕਿੱਦਾਂ ਸਹੇਲੀ ਬਣੀ ਕਿੱਦਾਂ ਨਹੀਂ। ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ, ਅੱਜ ਫੜਿਆ ਗਿਆ ਰੰਗੇ ਹੱਥ। ਤੁਹਾਡੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ? 7 ਸਾਲ ਹੋ ਗਏ ਭਾਜੀ। ਠੀਕ ਹੈ ਜੀ। 6 ਸਾਲ ਦੀ ਮੇਰੀ ਬੇਟੀ ਹੈ। ਤੁਹਾਡਾ ਸਹੁਰਾ ਪਰਿਵਾਰ ਕਿੱਥੇ ਆ ਜੀ? ਉਹਨਾਂ ਨੂੰ ਕਿੱਥੇ ਰਹਿਣ ਵਾਲੇ? ਕੈਂਟਰ ਰੋਡ ਤੇ। ਕਿੰਨੇ ਟਾਈਮ ਹੋ ਗਿਆ ਤੁਹਾਡੇ ਵਿਆਹ ਨੂੰ ਜੀ? ਸਾਡੇ ਵਿਆਹ ਨੂੰ 7 ਸਾਲ ਹੋ ਗਏ ਨੇ। 7 ਸਾਲ ਤੋਂ ਮੈਂ ਆਪਣੀ ਮਾਂ ਦੇ ਕੋਲ ਰਹਿ ਰਹੀ ਹਾਂ। ਇਹਨੂੰ ਪਤਾ ਲੱਗਿਆ ਕਿ ਇਹਦੇ ਘਰ ਦੇ ਕੁਝ ਨਹੀਂ ਕਰਦੇ। ਕੋਈ ਬੇਬੀ ਵਗੈਰਾ ਵੀ ਹੈਗੇ ਤੁਹਾਡੇ ਬੱਚੇ? ਹਾਂਜੀ ਮੇਰੀ ਗੁੜੀਆ ਹੈ ਜੀ ਇੱਕ। ਇਸ ਬੰਦੇ ਨੇ ਮੈਨੂੰ ਇੰਨਾ ਦੁਖੀ ਕੀਤਾ ਨਾ ਕਿ ਮੇਰੇ ਕੋਲ ਹੁਣ ਆ ਕੇ ਕੋਈ ਹੋਰ ਹੱਲ ਨਹੀਂ ਲੱਭਿਆ। ਮੈਂ ਇੱਥੇ ਆਈ ਆ, ਮੈਨੂੰ ਕਿਸੇ ਨੇ ਦੱਸਿਆ ਕਿ ਇੱਥੇ ਆਇਆ। ਆਂਦਾ ਰੋਜ਼ ਹੀ ਇਹ ਕਦੀ ਕਿਤੇ ਕਦੀ ਕਿਤੇ ਮੇਰੇ ਹੱਥੇ ਨਹੀਂ ਸੀ ਚੜਦਾ। ਇਹ ਮੈਨੂੰ ਕਹਿੰਦਾ ਸੀ, ਧਮਕੀਆਂ ਦਿੰਦਾ ਸੀ, ਕਹਿੰਦਾ ਤੂੰ ਮੇਰਾ ਕੀ ਵਿਗਾੜ ਲੇਗੀ, ਕਹਿੰਦਾ ਮੈਂ ਪੁਲਿਸ ਵਾਲਿਆਂ ਨੂੰ ਕੁਛ ਨਹੀਂ ਜਾਣਦਾ, ਪੁਲਿਸ ਵਾਲੇ ਮੇਰਾ ਕੀ ਕਰ ਲੈਣਗੇ। ਮੈਡਮ ਅੱਜ ਤੁਸੀਂ ਪਹਿਲਾਂ ਜਦੋਂ ਇਹਨਾਂ ਨੂੰ ਫੜਿਆ ਤੇ ਇਹਨਾਂ ਦੁਆਰਾ ਕੀ ਕਿਹਾ ਗਿਆ ਤੁਹਾਨੂੰ? ਇਹਨੇ ਮੈਨੂੰ ਇਹੀ ਕਿਹਾ ਸੀ, ਧਮਕੀਆਂ ਦਿੰਦਾ ਸੀ, ਕਹਿੰਦਾ ਮੈਨੂੰ ਡਿਵੋਰਸ ਦੇ, ਮੈਂ ਤੇਰੇ ਨਾਲ ਨਹੀਂ ਰਹਿਣਾ। ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ, ਜੇ ਮੈਂ ਗਲਤ ਆ ਮੈਨੂੰ ਦੱਸ, ਮੈਨੂੰ 4 ਬੰਦਿਆਂ 'ਚ ਬਿਠਾ। ਮੈਂ ਤੇ ਰਿਸ਼ਤੇਦਾਰਾਂ ਕੋਲ ਵੀ ਗਈ ਹਾਂ, ਉਹ ਵੀ ਕਹਿੰਦੇ ਸਾਨੂੰ ਪਤਾ ਖੁਦ ਗਲਤ ਕਰਦਾ ਪਿਆ। ਇਹ ਜਨਾਨੀ ਦੇ ਘਰ ਸ਼ਰੇਆਮ ਜਾਂਦਾ ਵੇ, ਹਰ ਟਾਈਮ ਉੱਥੇ ਵੜਿਆ ਰਹਿੰਦਾ ਹਰ ਟਾਈਮ। ਪਰ ਕਿਤੇ ਨਾ ਇਹ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਂਹ ਦੇ ਵਿੱਚ, ਉਹ ਵੀ ਕਿਸੇ ਨਾਲ ਵਿਆਹੇ ਹੋਏ ਨੇ। ਹੈਗੀ ਉਹ ਗਲਤ ਹੈ, ਉਹਦੇ 8 ਸਾਲ ਹੋ ਗਏ ਵਿਆਹ ਨੂੰ। ਅੱਛਾ ਜੀ। ਉਹਨੇ 3-4 ਵਿਆਹ ਕਰਾਏ ਹੋਏ ਨੇ। ਪਰ ਕਿਤੇ ਨਾ ਕਿਤੇ ਉਹਨਾਂ ਨੇ ਬਾਅਦ ਦੇ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ, ਲੇਡੀਜ਼ ਮੈਰਿਡ ਨੇ ਖੁਦ ਹੀ। ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਕਹਾਣੀ ਹੈ। ਨਹੀਂ ਤੁਸੀਂ ਅੱਗੇ ਕਿੰਨੀ ਕੁ ਵਾਰੀ ਮਤਲਬ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ? ਭਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ, ਇਹਨੂੰ ਭਜਾ ਦਿੰਦਾ ਸੀ, ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਭਜਾ ਦਿੰਦਾ। ਐਸੀ ਜਗ੍ਹਾ ਦੇ ਉੱਪਰ, ਐਸੇ ਹੋਟਲ ਦੇ ਵਿੱਚ ਫੜਿਆ? ਨਹੀਂ ਭਾਜੀ, ਬੜੀ ਜਗ੍ਹਾ ਤੇ ਦੇਖਿਆ। ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ? ਅੱਜ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਕਿ ਅੱਜ ਹੁਣੇ ਨਿਕਲੇ, ਮੈਂ ਤਾਂ ਹੀ ਹੁਣੇ ਪਹੁੰਚੀ ਸੀ। ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ, ਪੁਲਿਸ ਨੂੰ ਦਿੱਤੀ ਸੂਚਨਾ? ਭਾਜੀ ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ, ਆਨਲਾਈਨ ਵੀ ਦਿੱਤੀ ਸੀ, ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹੈਗੀ। ਤੁਹਾਨੂੰ ਦਰਖਾਸਤ ਦਊਗੇ?
ਚੂੜਾ ਪਾਇਆ ਹੋਇਆ ਬਾਂਹ ਦੇ ਵਿੱਚ, ਉਹ ਵੀ ਕਿਸੇ ਨਾਲ ਵਿਆਹੇ ਹੋਏ ਨੇ, ਉਹਦੇ 8 ਸਾਲ ਹੋ ਗਏ ਵਿਆਹ ਨੂੰ। ਅੱਛਾ ਜੀ, ਉਹਨੇ 3-4 ਵਿਆਹ ਕਰਾਏ ਹੋਏ ਨੇ, ਪਰ ਕਿਤੇ ਨਾ ਕਿਤੇ ਉਹਨਾਂ ਨੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ। ਲੇਡੀਜ਼ ਮੈਰਿਡ ਨੇ ਖੁਦ ਹੀ, ਮੈਨੂੰ ਨਹੀਂ ਪਤਾ ਇਹਨਾਂ ਦੀ ਕੀ ਕਹਾਣੀ ਹੈ। ਨਹੀਂ, ਤੁਸੀਂ ਅੱਗੇ ਕਿੰਨੀ ਕੁ ਵਾਰੀ ਮਤਲਬ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ? ਭਾਜੀ, ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭਜਾ ਦਿੰਦਾ ਸੀ, ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ, ਹੁਣ ਵੀ ਐਸੀ ਜਗ੍ਹਾ ਦੇ ਉੱਪਰ, ਐਸੇ ਹੋਟਲ ਦੇ ਵਿੱਚ ਫੜਿਆ? ਨਹੀਂ ਭਾਜੀ, ਬੜੀ ਜਗ੍ਹਾ ਤੇ ਦੇਖਿਆ। ਤੇ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ? ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ, ਮੈਂ ਤਾਂ ਹੀ ਹੁਣੇ ਪਹੁੰਚੀ ਸੀ। ਤੇ ਕੋਈ ਤੁਸੀਂ ਸੂਚਨਾ ਥਾਣੇ ਵੀ ਦਿੱਤੀ, ਪੁਲਿਸ ਨੂੰ ਦਿੱਤੀ ਸੂਚਨਾ? ਭਾਜੀ, ਮੈਂ ਪੁਲਿਸ ਨੂੰ ਦਿੱਤੀ ਸੀ ਕੰਪਲੇਂਟ, ਆਨਲਾਈਨ ਵੀ ਦਿੱਤੀ ਸੀ, ਪਰ ਮੇਰੀ ਕੰਪਲੇਂਟ ਅੱਗੇ ਪਹੁੰਚੀ ਨਹੀਂ ਹੈਗੀ। ਜਨਾਨੀ ਦਾ ਨਾਮ ਪ੍ਰਿਆ ਹੈ, ਇਹ ਜਨਾਨੀ ਨੇ। ਇਹ ਤੁਹਾਡੀ ਜਾਣਕਾਰ ਹੈ ਮਹਿਲਾ ਹੈ ਜਿਹੜੀ? ਨਹੀਂ ਸਰ, ਮੈਂ ਇਹਨੂੰ ਬਿਲਕੁਲ ਨਹੀਂ ਜਾਣਦੀ। ਫਿਰ ਤੁਹਾਨੂੰ ਕਿੱਦਾਂ ਨਾਮ ਪਤਾ ਹੋਊਗਾ ਇਸ ਜਨਾਨੀ ਦੇ ਉੱਤੇ? ਉਹਨਾਂ ਦਾ ਨਾਮ ਪਤਾ? ਹਾਂਜੀ, ਉਹਦਾ ਨਾਮ ਪ੍ਰਿਆ ਹੈ। ਠੀਕ ਹੈ, ਉਹਦਾ ਨਾਮ ਪ੍ਰਿਆ ਹੈ, ਉਹ 2-3 ਜਗ੍ਹਾ ਪਹਿਲੇ ਵੀ ਵਿਆਹੀ ਹੋਈ ਹੈ। ਤੁਸੀਂ ਕਿਹਦੀ ਖਬਰ ਕਰਾਉਣ ਦੇ ਵੀ ਆਪਣੀ ਮਰਜ਼ੀ ਨਾਲ ਕਰਾਉਂਦੇ ਵੇ ਮੈਡਮ? ਹਾਂਜੀ ਬਿਲਕੁਲ, ਕੋਈ ਦਬਾਅ ਦਾ ਨਹੀਂ ਹੈ ਕਿਸੇ ਮੀਡੀਆ ਦਾ? ਚੀਜ਼ ਦਾ ਕੋਈ ਦਬਾਅ ਨਹੀਂ ਹੈ। ਮੈਂ ਮਜਬੂਰ ਹੋ ਕੇ ਅੱਜ ਐਕਸ਼ਨ ਚੱਕਿਆ, ਮੈਂ ਚੱਕਣਾ ਨਹੀਂ ਸੀ, ਮੈਂ ਸੋਚਿਆ ਸੀ ਪਿਆਰ ਨਾਲ ਮੈਟਰ ਸੋਲਵ ਹੋ ਜਾਏ ਘਰ ਦੇ ਅੰਦਰ। ਮਤਲਬ ਤੁਸੀਂ ਮੀਡੀਆ ਨੂੰ ਆਪਣੀ ਮਰਜ਼ੀ ਨਾਲ ਬੁਲਾਇਆ ਤੇ ਮੈਟਰ ਸੋਲਵ ਨਹੀਂ ਹੋ ਰਿਹਾ ਸੀਗਾ ਜੀ? ਸਰ, ਮੈਨੂੰ ਤੇ ਮਨ ਨੂੰ ਲੜਾਈ ਹੋਈ ਨੂੰ ਸਾਲ ਹੋ ਗਿਆ, ਪਰ ਉਸ ਤੋਂ 2-3 ਮਹੀਨੇ ਬਾਅਦ ਮੈਂ 2-3 ਵਾਰੀ ਟਰਾਈ ਕੀਤਾ ਇਸ ਬੰਦੇ ਦੇ ਦਬਾਅ ਪਾ ਕੇ ਉਹਨਾਂ ਬੰਦਿਆਂ ਨੂੰ ਚੁੱਪ ਕਰਾ ਤਾ ਕਿ ਅਸੀਂ ਨਹੀਂ ਕੋਈ ਗੱਲ ਕਰਨੀ। ਆਪਣੇ ਸੋਹਰੇ ਨੂੰ ਲਾਉਣ ਦੀ ਕੋਸ਼ਿਸ਼ ਕੀਤੀ। ਤੁਹਾਡੇ ਕਿੰਨੇ ਬੇਬੀ ਤੁਸੀਂ ਦੱਸ ਰਹੇ ਹੋ? ਮੇਰੀ ਇੱਕੋ ਹੀ ਗੁੜੀ ਹੈ ਜੀ, ਪਰ ਇੱਕ ਕੁੜੀ ਹੈ, ਫਿਰ ਵੀ ਆਪਾਂ ਇਹ ਚੀਜ਼ ਕਰ ਰਹੇ ਹਾਂ। ਫਿਰ ਮੈਂ ਆਪਣੀ ਬੇਟੀ ਨੂੰ ਉਹਦੇ ਕੋਲ ਮਿਲਾਉਣ ਲੈ ਕੇ ਜਾਂਦੀ ਹਾਂ ਜੀ, ਸ਼ੋਪ ਦੇ ਉੱਤੇ ਜਿੱਥੇ ਇਹ ਕੰਮ ਕਰਦਾ ਹੈ, ਉਹ ਜਨਾਨੀ ਨਜਾਇਜ਼ ਇੱਥੇ ਆ ਕੇ ਇਹਨੂੰ ਮਿਲਦੀ ਹੈ, ਪਰ ਇਹ ਉਹਨੂੰ ਵਾਰ ਲੈਂਦਾ, ਮੈਨੂੰ ਅੱਗੋਂ ਮਾਰਨ ਦੀ ਧਮਕੀਆਂ ਦਿੰਦਾ। ਕਹਿੰਦਾ ਤੁਸੀਂ ਘਰੋਂ ਵੀ ਲੱਗ ਰਹਿੰਦੇ ਪਏ ਹੋ? ਹਾਂਜੀ। ਇਹ ਕਿੱਥੇ ਜੋਬ, ਕਿਹੜੀ ਜੋਬ, ਕਿਸ ਜਗ੍ਹਾ ਜੋਬ ਕਰਦੇ ਨੇ? ਕਿੰਨਾ ਟਾਈਮ ਹੋ ਗਿਆ ਲੱਗ ਰਿਹਾ ਜੀ ਸ਼ੋਪ ਦੇ? ਹੋ ਗਿਆ ਤੁਹਾਨੂੰ ਲੱਗ ਰਿਹਾ? ਮੈਨੂੰ 2.5 ਸਾਲ ਹੀ ਹੋ ਗਿਆ। ਤੇ ਤੁਸੀਂ ਆਪਣੇ ਘਰਦਿਆਂ ਨਾਲ ਨਹੀਂ ਗੱਲ ਕੀਤੀ, ਬ੍ਰਦਰ ਨਾਲ ਆਪਣੇ ਜਾਂ ਫੈਮਿਲੀ ਨਾਲ? ਸਾਰਿਆਂ ਨੇ ਗੱਲ ਕਰ ਲਈ ਭਾਜੀ, ਸਾਰਿਆਂ ਦੇ ਹੱਥ ਚੁੱਕਦਾ, ਕਿਸੇ ਦੀ ਨਹੀਂ ਸੁਣਦਾ, ਕਿਸੇ ਦੀ ਨਹੀਂ, ਕਿਸੇ ਕੋਲ ਨਹੀਂ ਡਰਦਾ, ਤਾਂ ਹੀ ਤੁਹਾਡੇ ਨਾਲ ਗੱਲ ਕਰਨ ਵਾਸਤੇ ਆਈ ਹਾਂ। ਤੁਸੀਂ ਪੁਲਿਸ ਕੰਪਲੇਂਟ ਦਿਓਗੇ ਅੱਜ? ਹਾਂਜੀ ਭਾਜੀ, ਹੁਣ ਥਾਣੇ ਜਾ ਰਹੇ ਹੋ? ਅੱਗੇ ਨਾ 7 ਨੰਬਰ ਵਾਲਿਆਂ ਕੋਲ ਗਈ, 7 ਨੰਬਰ ਵਾਲਿਆਂ ਨੇ ਮੇਰੀ ਮਾਂ ਨੂੰ ਦਬਾਅ ਪਾਇਆ ਕਿ ਤੂੰ ਆਪਣੀ ਕੁੜੀ ਦਾ ਘਰ ਨਹੀਂ ਵਸਣ ਦਿੰਦੀ। ਮੇਰੀ ਮਾਂ ਨੇ ਮੇਰਾ ਸਿਰ ਪਾਟਾ ਸੀ ਭਾਜੀ, ਮੇਰੇ ਕੋਲ ਤੁਰ ਕੇ ਨਹੀਂ ਜਾਇਆ ਜਾਂਦਾ ਸੀ, ਚੱਕਰ ਆਉਂਦੇ ਸੀ, ਅਸੀਂ ਪੂਰਾ ਹਫ਼ਤਾ ਜਾਂਦੇ ਰਹੇ, ਕਿਸੇ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ। ਅੱਜ ਅੱਕ ਕੇ ਘਰ ਬਹਿ ਕੇ ਵੇਟ ਕਰ ਕਰਕੇ ਬੰਦੇ ਨੂੰ ਇਹਨੂੰ ਸਮਝੌਤਾ ਵਾਸਤੇ ਕਹਿ ਕਹਿ ਕੇ ਇੱਥੋਂ ਤੱਕ ਮੈਂ ਆਈ ਹਾਂ ਕਿ ਮੈਨੂੰ ਤੁਹਾਡਾ ਸਾਥ ਚਾਹੀਦਾ, ਮੇਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ। ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ, ਹੁਣ ਤੁਸੀਂ ਮੇਰੀ ਦਰਖਾਸਤ ਅੱਗੇ ਪਹੁੰਚਾ ਸਕਦੇ ਹੋ, ਲੋਕਾਂ ਤੱਕ ਪਹੁੰਚਾ ਸਕਦੇ ਹੋ ਕਿ ਮੈਂ ਗਲਤ ਹਾਂ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਵੀ ਇਹ ਬਸ ਮੈਨੂੰ ਗਲੋ ਲਾ ਕੇ ਸੁੱਟਣਾ ਚਾਹੁੰਦਾ ਹੈ ਕਹਿੰਦਾ ਮੇਰੀ ਜਨਾਨੀ ਨਹੀਂ ਇਹਦੇ ਕਹਿਣ ਨਾਲ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਂ ਤੁਹਾਡੀ ਲਵ ਮੈਰਿਜ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਹੈ ਇਹ ਕਿੱਥੇ ਰਹਿੰਦੇ ਤੁਹਾਡੇ ਹਸਬੰਡ ਜਿਹੜੇ ਮੇਰੇ ਹਸਬੰਡ ਵੀ ਲੋਕਲ ਹੀ ਗੜੇ ਦੇ ਹੀ ਨੇ ਕੈਂਟ ਰੋਡ ਤੇ ਰਹਿੰਦੇ ਨੇ ਇਹਨਾਂ ਦਾ ਘਰ ਕੈਂਟ ਰੋਡ ਤੇ ਆ ਮਕਾਨ ਨੰਬਰ 336 ਨਹੀਂ ਹੁਣ ਇਹ ਮਤਲਬ ਤੁਹਾਡੇ ਨਾਲ ਕੋਈ ਚੱਲ ਰਿਹਾ ਕੋਈ ਡਿਵੋਰਸ ਚੱਲ ਰਿਹਾ ਮੇਰੇ ਨਾਲ ਇਹ ਭਾਜੀ ਬਹੁਤ ਟੋਟਲੀ ਅਨਲੀਗਲ ਚੱਲ ਰਿਹਾ ਸਾਰਾ ਕੰਮ ਇਸ ਤੇ ਨਜਾਇਜ਼ ਕਰ ਰਿਹਾ ਹਰ ਪਾਸੇ ਕੋਈ ਡਿਵੋਰਸ ਦਾ ਕੇਸ ਸੀ ਵੀ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ਰੋਲਣਾ ਨਹੀਂ ਤੁਹਾਡੇ ਹਸਬੰਡ ਨੇ ਨਹੀਂ ਕੀਤਾ ਕੋਈ ਕੇਸ ਕੋਈ ਜਾਂ ਕੋਈ ਐਸੀ ਨਹੀਂ ਮੇਰੇ ਹਸਬੰਡ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ ਤੇ ਅਸੀਂ ਇੱਕ ਦੂਜੇ ਦੇ ਇੰਨੀ ਮੈਂ ਪਹਿਲੇ ਰਿਪੋਰਟ ਕੀਤੀ ਸੀ ਇਹਨੇ ਮੇਰੇ ਖਿਲਾਫ ਕਰ ਦਿੱਤੀ ਤੁਸੀਂ ਅੱਜ ਕਿੱਥੇ ਫੜਿਆ ਕੀ ਸੀਗਾ ਮਾਮਲਾ ਤੁਸੀਂ ਭਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੋਣ ਇਹ ਲੜਕੀ ਪ੍ਰਿਆ ਜਿਹੜੀ ਮੇਰੇ ਹਸਬੰਡ ਨਾਮ ਨਾਲ ਲੋ ਕਿਸੇ ਨਾਮ ਨਾਲ ਲੋ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਡ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ
ਕੰਡੀਸ਼ਨ ਦੇ ਵਿੱਚ ਸੀਗੇ ਤੇ ਮੈਂ ਥੱਲੇ ਜਾਣ ਦੀ ਵੇਟ ਕਰ ਰਹੀ ਸੀ ਉਸ ਟਾਈਮ ਤੋਂ ਕਿਉਂਕਿ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਇਹਨੇ ਮੇਰੇ ਹੱਥੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਭਾਜੀ ਇਹਨੇ ਮੇਰਾ ਗਲਾ ਘੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਹਾਂਜੀ ਮੈਂ ਆਪਣੀ ਜਾਨ ਬਚਾਉਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਕਿਉਂਕਿ ਮੇਰਾ ਬੱਚਾ ਇਹ ਚੀਜ਼ ਨਹੀਂ ਬਰਦਾਸ਼ਤ ਕਰ ਸਕਦਾ ਛੋਟਾ ਬੱਚਾ ਉਹ ਤੇ ਮਾਸੂਮੀਅਤ ਤੇ ਅਸਰ